ਸੋ ਇਸ ਖੁਸ਼ੀ ਦੇ ਮੌਕੇ ਤੇ ਜੀ ਆਪ ਸਭ ਦੀ ਉਡੀਕ ਹੋਏਗੀ ਜਰਗ ਵਿਖੇ। ਆਵਾਂਗੇ ਜੀ, ਆਵਾਂਗੇ ਸਾਰੇ ਆਵਾਂਗੇ, ਸਗੋਂ 5-7 ਦਿਨ ਪਹਿਲਾਂ ਆਵਾਂਗੇ। ਸਾਲੇ ਮੇਰੇ ਦਾ ਵਿਆਹ ਉੱਥੇ ਹੋਣੀ, ਬਹਿਜਾ ਪਰਾਉਣਿਆ, ਖਿੱਚ ਦੇ ਪਰਾਉਣਿਆ, ਚੱਕ ਦੇ ਪਰਾਉਣਿਆ। ਦੇਖ ਵੀ ਮੇਰ ਸਿਆਮ, ਜੇ ਸਾਰਾ ਟੱਬਰ ਆ ਗਿਆ ਤਾਂ ਕੰਮ ਧੰਦੇ ਦਾ ਪਿੱਛੇ ਔਖਾ ਹੋ ਜੂਗਾ। ਗੱਲ ਤੁਹਾਡੀ ਵੀ ਸਹੀ ਹੈ ਜੀ। ਹਾਂ ਭਾਈ, ਸਾਰਿਆਂ ਦਾ ਆਉਣਾ ਤਾਂ ਔਖਾ ਹੈ। ਚੰਨਣ ਨੂੰ ਤਾਂ ਵਹੁਟੀ ਨੂੰ ਪਹਿਲਾਂ ਭੇਜ ਦਿਆਂਗੇ, ਅਸੀਂ ਸਾਰਾ ਲਾਣਾ ਬਾਅਦ ਚ ਆ ਜਾਂਗੇ। ਪਰ ਵਿਆਹ ਤੇ ਸਾਰੇ ਟੱਬਰ ਨੇ ਆਉਣਾ ਹੀ ਫਿਰ। ਲੈ ਆਵਾਂਗੇ, ਆਉਣਾ ਕਿਉਂ ਨਹੀਂ ਸਕਣਾ। ਬੇਬੇ ਬਾਪੂ ਜੀ ਨੇ ਮੈਨੂੰ ਦੇਖ ਕੇ ਪਤਾ ਕਿੰਨਾ ਖੁਸ਼ ਹੋਣਾ। ਜੇ ਤੈਨੂੰ ਕੱਲੀ ਨੂੰ ਵੇਖ ਕੇ ਖੁਸ਼ ਹੋਣਾ, ਮੈਂ ਗਾ ਯਾਰ ਟਿੰਡੀਆਂ ਲੈਣ ਚੱਲਾਂ, 4 ਕਿੱਲਿਆਂ ਦੀ ਵਾੜ ਰਹਿੰਦੀ ਆ, ਹੋ ਜਾ ਫਿਰ ਨਹਿਰੂ ਨਰੀ, ਮੈਂ ਵੇਲੇ ਨਾਲ ਪਿੰਡ ਵਰਤਣ ਵਾਲਾ ਬਣਾਈ ਯਾਰ। ਨਹੀਂ ਨਹੀਂ, ਮਤਲਬ ਸਾਨੂੰ ਦੇਖ ਕੇ ਕਿੰਨਾ ਖੁਸ਼ ਹੋਣਾ। ਉਹ ਬੀਜੀ ਬਾਪੂ ਨੇ ਖੁਸ਼ ਹੋਣਾ ਹੀ ਆ, ਜਦੋਂ ਪਿੰਡ ਦੀ ਫਿਰਨੀ ਤੇ ਜਾ ਕੇ ਮੈਂ ਵਜਾਈ ਨਾ 500 ਤੇਰੀ ਟੱਲੀ, ਤੇਰੇ ਪਿੰਡ ਦੇ ਨਿਆਣੇ ਇੰਟਰਨ ਇੰਟਰਨ ਕਰਦੇ ਫਿਰਨਾ, ਫਿਰ ਵਜਾਊ ਮੈਂ ਪੌਂਪੂ। ਸਰਦਾਰ ਰੇਸ਼ਮ ਸਿੰਘ ਸਟੇਸ਼ਨ ਮਾਸਟਰ ਦਾ ਬੰਬੂਕਾਟ ਹੈ, ਕੋਈ ਲਾਰੀ ਨਹੀਂ, ਇੱਕ ਵਾਰੀ ਤੁਰਿਆ ਸਿੱਧਾ ਜਾ ਕੇ ਮੰਜਲ ਤੇ ਰੁਕਦਾ। ਸੰਮੀ ਭੈਣ ਤੇ ਰੇਸ਼ਮ ਭਾਈ ਅਜੇ ਨਹੀਂ ਸੀ ਹੈਗੇ, ਤਾਂ ਉਹੀ ਸੀ, ਰੁਕੇ ਕਾਹਤੋਂ ਨਹੀਂ ਫਿਰ। ਚੰਗਾ ਖਾਈਦਾ, ਸਾਫ ਸੁਥਰੇ ਮਾਹੌਲ ਚ ਰਹੀਦਾ। ਬਹੁਤ ਲਿਸ਼ਕਦਾ ਬਈ, ਬੰਬੂਕਾਟ ਬਹੁਤ ਸਾਂਭ ਕੇ ਰੱਖਿਆ ਹੋਇਆ ਅਫਸਰੋ। ਜਵਾਨੀ ਤੇ ਸਾਧਨ ਜਿੰਨਾ ਸਾਂਭ ਕੇ ਰੱਖੋਗੇ ਨਾ, ਓਨਾ ਹੀ ਵੱਧ ਚੱਲਦੇ ਨੇ ਨਾ। ਇਹਦੀ ਸਾਂਭ ਸੰਭਾਲ ਤੇ ਪੈਸਾ ਠੱਗ ਦਾ ਖਾਸਾ ਲੱਗ ਜਾਂਦਾ ਹੋਊ। ਤਾਇਆ ਜੀ, ਜੇ ਰੁਤਬਾ ਸਾਹਮਣਾ ਹੋਵੇ ਨਾ, ਫਿਰ ਖਰਚਾ ਤਾਂ ਹੋ ਹੀ ਜਾਂਦਾ। ਜਿਵੇਂ ਆਹ ਹੁਣ ਬੰਬੂ, ਆਹ ਦੇਖੋ ਆਹ ਲਾਤਾ ਮੈਂ ਗੋਲ ਧਾਰਾ ਬਰਾ, ਕਿਸੇ ਨੇ ਵੀ ਨਾ ਤਾਂ ਇਸ ਗੋਲ ਧਾਰੇ ਦੇ ਅੰਦਰ ਆਉਣਾ, ਨਾ ਹੀ ਇਹਨੂੰ ਹੱਥ ਲਾਉਣਾ, ਨਾ ਹੀ ਇਹਦੇ ਬਾਰੇ ਮੇਰੇ ਤੋਂ ਕੋਈ ਸਵਾਲ ਪੁੱਛਣਾ, ਬਸ ਦੂਰ ਖੜ ਕੇ ਤੁਸੀਂ ਹੈਰਾਨ ਹੋਣਾ ਸਿਰਫ, ਠੀਕ ਆ। ਬਸ ਕਮਾਲ ਹੈ, ਕੋਈ ਮਹਾਨ ਚੀਜ਼ ਦੇਖੀ ਨੀ, ਬਾਂਦਰਾਂ ਵਾਂਗੂ ਟੁੱਟ ਕੇ ਪੈ ਜਾਂਦੇ ਬਸ। ਉਹ ਚਲੋ ਕੋਈ ਗੱਲ ਨੀ ਅਫਸਰੋ, ਆਜੋ ਚਲੋ ਦੂਰ ਰਹਿ ਕੇ ਬਾਹਰ ਰਹਿ ਕੇ। ਆਓ ਜੀ ਅਫਸਰੋ ਬੈਠੋ ਇੱਥੇ,
ਉਹ ਜੇ ਵਿਆਹ ਵਾਲੇ ਘਰੇ ਵੀ ਬਾਣ ਦੇ ਮੰਜੇ ਤੇ ਬਿਠਾ ਕੇ ਮੇਰੇ ਪਾਸੇ ਛਲਾਉਣੇ ਸੀ ਮੈਨੂੰ ਪਹਿਲਾਂ ਦੱਸ ਦਿੰਦੇ ਮੈਂ ਸ਼ਹਿਰ ਨੂੰ ਦੋ ਕੁਰਸੀਆਂ ਨਾਲ ਚੱਕ ਲਿਆਉਂਦਾ ਉਹ ਫਿਰ ਇੱਧਰ ਅਜੋ ਤੱਕ ਪਹੁੰਚਦੇ ਹਾਂ 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 ਕਮਾਲ ਕਰਦੇ ਹੋ ਤੁਸੀਂ ਇਹ ਥੋੜੀ ਗੱਲ ਹੁੰਦੀ ਹੈ ਯਾਰ ਆਲੋ ਜੀ ਕਾ ਜੀ ਮੈਂ ਤੁਹਾਡੇ ਲਈ ਕੁਰਸੀ ਲੈ ਕੇ ਆਇਆ ਓਏ ਸ਼ਾਬਾਸ਼ ਮੇਰੇ ਬੱਗੇ ਸ਼ੇਰ ਦੇ ਸ਼ਾਬਾਸ਼ ਸ਼ਾਬਾਸ਼ ਆ ਦੇਖੋ ਆ ਸਾਰੇ ਟੱਬਰ ਚੋਂ ਬਿਸ਼ਰਾ ਸਿਆਣਾ ਇਹਨੂੰ ਪਤਾ ਵੀ ਅਫਸਰ ਬੰਦੇ ਦੀ ਇੱਜ਼ਤ ਕਿਵੇਂ ਕਰੀਦੀ ਹੈ ਆਖਰ ਵਧੀਆ ਸਕੂਲ 'ਚ ਪੜਾਉਣ ਦਾ ਫਾਇਦਾ ਤਾਂ ਹੁੰਦਾ ਹੀ ਹੈ ਅਸੀਂ ਤਾਂ ਦੋ ਦਿਨ ਤੋਂ ਇੰਤਜ਼ਾਰ ਕਰੀ ਜਾਂਦੇ ਤੁਹਾਡਾ ਇੱਥੇ ਉਹ ਤਾਇਆ ਜੀ ਆ ਤਾਂ ਮੈਂ ਦੋ ਦਿਨ ਪਹਿਲਾਂ ਹੀ ਜਾਣਾ ਸੀ ਐਨ ਮੌਕੇ ਤੇ ਸਾਡਾ ਰੇਲਵੇ ਮਿਨਿਸਟਰ ਆ ਗਿਆ ਅੱਛਾ ਬਸ ਫਿਰ ਤੁਹਾਨੂੰ ਪਤਾ ਮੇਰੀ ਬਣਦੀ ਬਹੁਤ ਉਹਦੇ ਨਾਲ ਉਹ ਮੈਨੂੰ ਕਹਿੰਦਾ ਰੇਸ਼ਮ ਸਿਆਹ ਮੈਂ ਤੈਨੂੰ ਜਾਣ ਨਹੀਂ ਦੇਣਾ ਅੱਛਾ ਬਸ ਮੈਨੂੰ ਬਿਠਾ ਕੇ ਬੈਠਾ ਮੈਂ ਕਿਹਾ ਜਾਣਾ ਜ਼ਰੂਰ ਹੈ ਕਿਉਂਕਿ ਸਹੁਰਿਆਂ ਦੇ ਵਿਆਹ ਹੈ ਬਸ ਉਹ ਕਹਿੰਦਾ ਮੈਂ ਕਿਸੇ ਵੀ ਹਾਲਤ ਤੈਨੂੰ ਜਾਣ ਨਹੀਂ ਦੇਣਾ ਅੱਛਾ ਫਿਰ ਬਸ ਮੈਂ ਆ ਗਿਆ ਆ ਬੈਠਾ ਜਿਹੜੀ ਥਾਲ ਨਹੀਂ ਆਪਾਂ ਕਰੀਦੀ ਆ ਉਧਰੋਂ ਲੰਘ ਜਾ ਇਹ ਮੈਂ ਟੱਲੀਆਂ ਜੀਆਂ ਮਾਰੀ ਜਾਂਦਾ ਇੰਨੀ ਤਾਂ ਥਾਂ ਪਈ ਹੈ ਹੇਮ ਤਾਂ ਕਹਿੰਦਾ ਸੀ ਸਹੁਰੀ ਜਾ ਕੇ ਇੱਜ਼ਤ ਬਹੁਤ ਹੁੰਦੀ ਹੈ ਇਸ ਬੰਬੂ ਕਾਰਡ ਦੀ ਤਾਂ ਇੰਨੀ ਰਫਤਾਰ ਹੈ ਵੀ ਘੋੜੇ ਤੋਂ ਵੀ ਗਾਹ ਨਿਕਲ ਜਾਂਦਾ ਤੇਲ ਪੈਂਦਾ ਇਹਦੇ ਚ ਨਹੀਂ ਕੋਲੇ ਪੈਂਦੇ ਆ ਓਏ ਅਫਸਰਾ ਤੇਰੀਆਂ ਰੇਲ ਗੱਡੀਆਂ ਆਗੂ ਕਿਤੇ ਇਹ ਨਾਲ ਕੋਲਿਆਂ ਤੇ ਚੱਲ ਪਿਆ ਹੋਵੇ ਆਹੋ ਪਤਾ ਜੀ ਤੇਲ ਹੀ ਪੈਣਾ ਹੋਰ ਕੀ ਪਾਥੀਆਂ ਤੇ ਚੱਲਣਾ ਲੈ ਤੇਰੇ ਆ ਲੈ ਤੂਹੀ ਵਾਲਾ ਪ੍ਰਾਹੁਣਾ ਵੀ ਆ ਗਿਆ ਪੱਕੋ ਮੇਰੀ ਧੀ ਰਾਣੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੂਆ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ ਓਏ ਆ ਜਾ ਵੀ ਆ ਜਾ ਆ ਜਾ ਵੀ ਆ ਜਾ ਚੰਗਾ ਸਿਆ ਆ ਜਾ ਆ ਜਾ ਬੈਠ ਓ ਪੱਕੋ ਪੱਕੋ ਮੇਰੀ ਰਾਣੀ ਧੀ ਕਿਵੇਂ ਹੋ ਮੈਂ ਠੀਕ ਆ ਮੇਰੇ ਤਾਇਆ ਜੀ ਨੂੰ ਮਿਲ ਓਏ ਆ ਜਾ ਮੇਰਾ ਪੱਕੋ ਪੁੱਤ ਸਾਰਾ ਨੂੰ ਬੰਬੂ ਕਾਰਡ ਵੀ ਦਿਖਾਤਾ ਚਾਰ ਇਧਰਲੀ ਉਧਰਲੀ ਗੱਲਾਂ ਵੀ ਮਾਰ ਲੀਆਂ ਖੈਰ ਸਾਈਕਲ ਤੇ ਟਾਈਮ ਤਾਂ ਲੱਗ ਹੀ ਜਾਂਦਾ ਹਾਂਜੀ ਬਈ ਟਾਈਮ ਤਾਂ ਲੱਗ ਹੀ ਜਾਂਦਾ ਨਾ ਸੜਕ ਕੱਚੇ ਨਹੀਂ ਪਿੰਡ ਵਾਲੀ ਨਾ ਜੇ ਪੱਕੀ ਹੁੰਦੀ ਫਿਰ ਕਿਹੜਾ ਤੂੰ ਅੱਡ ਕੇ ਆ ਜਾਂਦਾ ਹੈ ਬਾਜੀ ਘਰੇ ਸਭ ਸੁੱਖ ਸਾਂਦ ਨੇ ਹਾਂਜੀ ਹਾਂਜੀ ਸਭ ਰਾਜੀ ਖੁਸ਼ੀ ਜੀ ਬਾਜਰਾ ਐਤਕੀ ਸਾਡਾ ਸੋਹਣਾ ਹੋ ਗਿਆ ਜੀ ਤੇ ਉਹ ਚੜ੍ਹਦੇ ਸਿਆਲ ਨਾਲ ਸਾਡੀ ਇੱਕ ਮੱਝ ਢਿੱਲੀ ਹੋ ਗਈ ਤੇ ਇੱਕ ਸਾਡਾ ਬਾਹਲਾ ਵਧੀਆ ਕੱਟਾ ਵੀ ਮਰ ਗਿਆ ਜੀ ਇੱਕ ਤੇ ਇੱਕ ਛੱਤ ਚੋਂਦੇ ਨੇ ਡੰਗਰਾਂ ਵਾਲੇ ਕੋਠੇ ਦੀ ਬਾਪੂ ਕਹਿੰਦਾ ਐਤਕੀ ਪੱਕੀ ਕਰਾ ਦੇਣੀ ਆਪਾਂ ਹਾੜੀ ਵੇਲੇ ਗਹਿਣੇ ਵੀ ਤਾਂ ਸਿੰਘ ਤੜਾ ਲਏ ਸੀ ਹਾਂਜੀ ਹਾਂਜੀ ਉਹ ਸੰਮੀ ਨੇ ਤੋਂ ਟੱਬਰ ਦਾ ਹਾਲ ਪੁੱਛਿਆ ਡੰਗਰਾਂ ਦਾ ਨਹੀਂ ਸਭ ਰਾਜੀ ਖੁਸ਼ੀ ਜੀ ਬਾਈ ਜੀ ਅੱਜ ਤੁਹਾਡਾ ਨਮਾਲ ਡਿੱਗ ਗਿਆ ਸੀ ਜਾਂ ਤੁਸੀਂ ਗਾਹ ਲੰਘੇ ਸੀਗੇ ਉਹ ਪੋਲਿਆ ਪੰਛੀਆ ਇਹ ਡਿੱਗਿਆ ਨਹੀਂ ਸੀ ਜਾਣ ਕੇ ਸਿੱਟਿਆ ਸੀ ਜਦੋਂ ਸਾਡੂ ਸਾਡੂ ਨੂੰ ਕੱਟਦਾ ਨਾ ਉਦੋਂ ਇਹ ਰੀਤ ਪਕਾਈ ਦੀ ਹੈ ਆ ਲਓ ਜੀ ਚਾਹ ਨਾ ਨਾ ਬਾਈ ਇਹ ਤਾਂ ਪੱਕੇ ਮਿੱਠੇ ਵਾਲੀ ਆ ਵੱਡੇ ਬਾਈ ਵਾਸਤੇ ਤੁਹਾਡੇ ਵਾਸਤੇ ਆ ਗੋੜਾ ਦੀ ਪੱਕੇ ਮਿੱਟੀ ਵਾਲੀ ਚਾਹ ਦਾ ਆਨੰਦ ਹੀ ਹੋਰ ਹੈ ਬਾਈ ਕਿੰਨਾ ਸੋਹਣਾ ਰੰਗ ਹੈ ਵਧੀਆ ਲੱਗੀ ਤੈਨੂੰ ਬਹੁਤ ਸੋਹਣੀ ਹੈ ਮੈਂ ਤਾਂ ਤਾਈ ਨੂੰ ਕਿਹਾ ਸੀ ਇਹੋ ਜਿਹਾ ਰੰਗ ਲੈ ਕੇ ਆਈ ਪਰ ਤੈਨੂੰ ਪਤਾ ਹੀ ਹੈ ਬੇਬੇ ਭੁੱਲ ਗਈ 10 ਦਿਨ ਲਾ ਕੇ ਬੁਣੀਆਂ ਪੂਰੀ ਇਹ ਮੈਂ ਲੱਖੇ ਆਵੇ ਓ ਲੱਖੇ ਓ ਲੱਖੇ ਤੂੰ ਕਿੱਧਰ ਫਿਰੀ ਜਾਣਾ ਮੈਂ ਕਦੋਂ ਦੀ ਤੈਨੂੰ ਲੱਭਦੀ ਫਿਰਦੀ ਆ ਬਸ ਉਹ ਕੰਮ ਜਿਹਾ ਕਰਦਾ ਫਿਰਦਾ ਸੀ ਵੱਡਾ ਆ ਕੰਮਾਂ ਵਾਲਾ ਆ ਦੇਖ ਕੜੀ ਲੈ ਕੇ ਆਈ ਆ ਤੇਰੇ ਵਾਸਤੇ ਹੈ ਕੜੀ ਆ ਫੜੀ ਬਹੁਤ ਸੋਹਣੀ ਹੈ ਕਿੱਥੋਂ ਲਿਆਂਦੀ ਆ
ਲੁਧਿਆਣੇ ਤੋਂ ਮੰਗਾਈ ਤੇਰੇ ਪਾਈਆ ਜੀ ਤੋਂ। ਮੈਂ ਤਾਂ ਇਹਨਾਂ ਦੇ ਖੇੜੇ ਬਹਿ ਗਈ ਸੀ, ਜੇ ਕੜੀ ਲੈ ਕੇ ਆਉਂਗੇ ਤਾਂ ਹੀ ਮੈਂ ਰੋਕੇ ਤੇ ਜਾਉਂਗੀ। ਤੂੰ ਨਾ ਇਹਨਾਂ ਤੋਂ ਟਾਈਮ ਦੇਖਣਾ ਵੀ ਸਿੱਖ ਲਈ, ਨਾਲੇ ਇਹ ਵੀ ਪੁੱਛ ਲਈ ਕਿ ਪੌਣੀ ਕਿਵੇਂ ਆ। ਠੀਕ ਆ ਠੀਕ ਆ। ਬੁਸ਼ਰਟ ਕਿਹੜੇ ਰੰਗ ਦੀ ਪਾਣੀ ਤੂੰ ਕੱਲ ਨੂੰ? ਫਿੱਕੇ ਜਿਹੇ ਰੰਗ ਦੀ ਆ। ਫਿੱਕਾ ਰੰਗ ਆਈ ਦਿਖਾਈ ਭਲਾ। ਚੱਲ ਲੱਖੇ ਕੋਟੀ ਉਹਦਾ ਫਿਕਰ ਨਾ ਕਰੋ, ਸਾਰਾ ਕੁਝ ਮੈਂ ਕਰ ਲੂੰ। ਓ ਤੁਸੀਂ ਚੁੱਲ੍ਹੇ ਜੀ ਲਈ ਵੜੀ ਚਾਹ ਕਹੀ ਹੋਈ ਸੀ, ਚਾਹ ਲਿਆਓ ਹੁਣ। ਆ ਤੰਗ ਤੇ ਕੌਣ ਆਇਆ?